ਪੁਲਿਸ ਚੌਂਕੀ ਤਲੇਤਾ ਅਧੀਨ ਪੈਂਦੇ ਬੜਾ ਪਿੰਡ ਵਿਖੇ ਇੱਕ ਛਾਤਰ ਨੌਜਵਾਨ ਵੱਲੋਂ ਕਰਿਆਨੇ ਦੀ ਦੁਕਾਨ ਤੇ ਬਹੁਤ ਹੀ ਹੁਸ਼ਿਆਰੀ ਨਾਲ ਚੋਰੀ ਨੂੰ ਅੰਜਾਮ ਦਿੱਤਾ ਗਿਆ। ਇਹ ਘਟਨਾ ਦੁਕਾਨ ਤੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਘਟਨਾ ਨੂੰ ਲੈ ਕੇ ਜਿੱਥੇ ਇਲਾਕੇ ਵਿੱਚ ਦਹਿਸ਼ਤ ਅਤੇ ਵਿਸ਼ਵਾਸਘਾਤ ਦੀ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਪੁਲਿਸ ਇਸ ਕੈਮਰਿਆਂ ਵਿੱਚ ਆਏ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦਿਆਂ GS ਜਨਰਲ ਸਟੋਰ ਬੜਾ ਪਿੰਡ ਦੇ ਮਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਦਿਨ ਦਿਹਾੜੇ ਦੁਪਹਿਰ ਕਰੀਬ 1:30 ਵਜੇ ਇੱਕ ਅਣਪਛਾਤੇ ਨੌਜਵਾਨ ਨੇ ਉਹਨਾਂ ਦੀ ਦੁਕਾਨ 'ਤੇ ਆ ਕੇ ਗੁਰਦੁਆਰਾ ਸਾਹਿਬ ਲਈ ਸੌਦਾ ਖਰੀਦਣ ਲਈ ਕਿਹਾ। ਜਦੋਂ ਦੁਕਾਨ ਦਾ ਮਾਲਕ ਅਤੇ ਨੌਕਰ ਸੌਦਾ ਕੱਢਣ ਲੱਗੇ ਤਾਂ ਉਸ ਨੌਜਵਾਨ ਨੇ ਬੜੀ ਹੀ ਹੁਸ਼ਿਆਰੀ ਨਾਲ ਦੁਕਾਨ ਦੇ ਗੱਲੇ ਵਿੱਚੋਂ ਕਰੀਬ 15,000 ਰੁਪਏ ਚੋਰੀ ਕਰ ਲਏ ਅਤੇ ਨੌਜਵਾਨ ਮੋਬਾਈਲ 'ਤੇ ਗੱਲ ਕਰਦੇ ਕਰਦੇ ਬਿਨਾਂ ਸੌਦਾ ਲਏ ਉੱਥੋਂ ਨਿਕਲ ਗਿਆ। ਸਮਾਨ ਲੈਣ ਲਈ ਸਮਾਨ ਲੈਣਾ ਗੁਰਦੁਆਰੇ ਚੜਾਉਣਾ ਆ, ਮੈਨੂੰ ਸਮਾਨ ਦਿਓ, 5-5, 4-4 ਕਿਲੋ ਚਾਹ ਪੱਤੀ ਦਿਓ, ਖੰਡ ਦਿਓ, 20 ਕਿਲੋ ਖੰਡ ਪਾ ਦਿਓ, ਘੀ ਕੱਢ ਦਿਓ, ਤੇਲ ਕੱਢ ਦਿਓ। ਇਹ ਸਮਾਨ ਮੰਗਿਆ ਸੀ, ਸਮਾਨ ਕੱਢਣ ਲੱਗ ਪਿਆ ਮੈਂ ਅਤੇ ਮੇਰਾ ਨੌਕਰ ਸੀਗਾ ਅਤੇ ਉਹ ਸਾਡੇ ਕੋਲ ਬੈਠਾ ਪਹਿਲਾਂ ਬੈਠ ਕੇ ਹੌਲੀ ਜਿਹਾ ਕਹਿੰਦਾ ਮੈਂ ਪਰਫਿਊਮ ਦੇਖਣ ਲੱਗ ਪਿਆ। ਪਰਫਿਊਮ ਦੇਖਣ ਤੋਂ ਬਾਅਦ ਹੌਲੀ ਹੌਲੀ ਇੱਥੇ ਕਾਊਂਟਰ 'ਤੇ ਪਰਫਿਊਮ ਰੱਖ ਕੇ ਮੇਰੇ ਗੱਲੇ ਨੂੰ ਹੱਥ ਪਾਉਣ ਲੱਗ ਪਿਆ। ਸਾਨੂੰ ਨਹੀਂ ਕੁਛ ਵੀ ਪਤਾ ਲੱਗਾ, ਅਸੀਂ ਸਮਾਨ ਦੇ ਰਹੇ ਸੀ ਤਾਂ ਕਾਫੀ ਟਾਈਮ ਲਾਇਆ ਉਹਨੇ, 20-25 ਮਿੰਟ ਸਾਡੇ ਕੋਲ ਇੱਥੇ ਤਾਂ ਟਰਾਈ ਉਹਨੇ ਕੀਤੀ 3-4 ਵਾਰੀ, ਵੀਡੀਓ ਕਲਿੱਪ ਦੇ ਵਿੱਚ ਵੀ ਦੀਦੀ ਆ। 4th ਵਾਰ ਉਹਦਾ ਫਿਰ ਟਾਈਮ ਮਤਲਬ ਦਾ ਲੱਗ ਗਿਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਬਾਹਰ ਨੂੰ ਗਿਆ, ਫਿਰ ਫੋਨ ਉੱਦਾਂ ਫਰਜ਼ੀ ਫੋਨ ਲਾ ਲਿਆ ਮੁੰਡੇ ਨੂੰ, ਮੈਂ ਆਇਆ ਤੂੰ ਇੱਧਰ ਨੂੰ ਆ ਜਾ, ਤੁਰ ਕੇ ਆ ਜਾ, ਦੂਰ ਨਹੀਂ ਹੈਗਾ, ਮੈਂ ਇੱਥੇ ਦੁਕਾਨ 'ਤੇ ਖੜ੍ਹਾਂ। ਫਿਰ ਚੁੱਪ ਚੁੱਪ ਕਰ ਗਿਆ, ਬਹਿ ਗਿਆ। ਫਿਰ ਫੋਨ ਕੱਢ ਗਏ ਆਪਣੇ ਮੰਮੀ, ਮੈਂ ਬਾਕੀ ਸਮਾਨ ਕਢਾ ਲਿਆ, ਮੈਨੂੰ ਦਾਲਾਂ ਦਾ ਵਟਸਐਪ ਕਰ ਦੇ ਅਤੇ ਦਾਲਾਂ ਵਟਸਐਪ ਕਰਦੇ ਮੈਂ ਉਹ ਵੀ ਪਵਾ ਲਵਾਂ। ਫਿਰ ਬਹਿ ਗਿਆ, ਬੈਠਣ ਤੋਂ ਬਾਅਦ ਫਿਰ 10 ਮਿੰਟ ਬਾਅਦ ਫਿਰ ਕਹਿੰਦਾ ਮੁੰਡਾ ਆਇਆ ਨਹੀਂ, ਜਿਹਨੂੰ ਸੱਦਿਆ ਮੈਂ ਹੀ ਲੈ ਕੇ ਆਉਣਾ ਉਹਨੂੰ, ਪਰ ਉਸ ਟਾਈਮ ਉਹ ਪੈਸੇ ਕੱਢ ਚੁੱਕਾ ਸੀ। ਸਰ ਜੀ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? 15,000 ਤਾਂ ਵੱਜਿਆ ਪਿਆ ਸੀ, ਬਾਕੀ ਖੁੱਲ੍ਹਾ ਸੀ ਸੇਲ ਦੇ, ਪਤਾ ਨਹੀਂ 500-700 ਜਾਂ 1,000 ਕਿੰਨਾ, ਇੰਨਾ ਕੁ ਵੱਧ ਤੋਂ ਵੱਧ ਸੀਗਾ ਉਸ ਟਾਈਮ, ਹੋਰ ਨਹੀਂ ਜ਼ਿਆਦਾ। 15,000 ਜਿਹੜਾ ਬੈਗ ਸੀ ਉਹ ਤਾਂ ਸੀਗਾ ਜੀ। ਪੁਲਿਸ ਨੂੰ ਦੱਸ ਦਿੱਤਾ। ਉੱਧਰ ਪੁਲਿਸ ਵੱਲੋਂ ਆਰੋਪੀ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲੌਰ ਤੋਂ ਨਿਰਮਲ ਗੁੜਾ ਦੀ ਰਿਪੋਰਟ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਆਪਣਾ ਯੂਟਿਊਬ ਚੈਨਲ ਸਾਂਝ TV। ਹੁਣ ਵਧੀਆ HD ਕੁਆਲਿਟੀ ਦੇ ਦੇਸ਼ ਵਿਦੇਸ਼ ਬ੍ਰੌਡਕਾਸਟਿੰਗ ਲਈ ਲਾਈਵ ਬ੍ਰੌਡਕਾਸਟ ਲਈ ਅੱਜ ਹੀ ਕਾਲ ਕਰੋ ਹਰਦੀਪ ਸਿੰਘ ਧੱਗੜ ਨੂੰ 99-154-23-251।